ਕਰਮਜੀਤ ਅਨਮੋਲ ਜਦੋਂ ਮੈਂ ਆਇਆ ਇੱਥੇ ਤਾਂ ਮੈਨੂੰ ਕਈਆਂ ਨੇ ਪੁੱਛਿਆ, ਕਹਿੰਦੇ ਜੀ ਤੁਸੀਂ ਪਾਰਟੀ ਦੇ ਤੌਰ ਤੇ ਆਏ ਹੋ ਜਾਂ ਭਰਾ ਦੇ ਤੌਰ ਤੇ ਆਏ ਹੋ? ਮੈਂ ਕਿਹਾ ਜਿਹੜਾ ਹੁਣ ਆ ਗਿਆ ਨਾ ਤਾਂ ਹੁਣ ਸਾਰੇ ਤੌਰ ਤੇ ਆਇਆ ਵਾ, ਜਾਂ ਤਾਂ ਆਪਾਂ ਆਉਂਦੇ ਹੀ ਨੀ ਜਾਂ ਆਪਾਂ ਫਿਰ ਪੂਰੇ ਆਉਣੇ ਆ। ਸੋ ਇਹ ਭਰਾ ਸਾਡਾ ਇੰਨਾ ਜ਼ਿਆਦਾ ਡਿਜ਼ਰਵ ਕਰਦਾ ਵਾ, ਇਹ ਸਾਡੀ ਇੰਡਸਟਰੀ ਦਾ ਉਹ ਹੁੰਦਾ ਵਾ। ਤੁਸੀਂ ਦੇਖ ਲਓ ਕਲਾਕਾਰ ਪਹਿਲਾਂ ਵੀ ਬਹੁਤ ਆਏ ਹੋਣਗੇ ਇਸ ਲਾਈਨ ਦੇ ਵਿੱਚ, ਪਰ ਉਹਨਾਂ ਦੀ ਸਪੋਰਟ ਲਈ ਕਿੰਨੇ ਕੁ ਕਲਾਕਾਰ ਆਏ ਨੇ। ਸੋ ਇਹ ਇੱਕ ਉਹ ਬੰਦਾ ਸੀ, ਮੈਨੂੰ ਯਾਰ ਮੈਂ ਇਹਨੂੰ ਕਿਹਾ, ਮੈਂ ਕਿਹਾ ਮੈਂ ਜਿੱਥੋਂ ਵੀ ਆਊਂਗਾ, ਹੁਣ ਵੀ ਮੈਂ ਬਾਹਰੋਂ ਆਇਆ ਸਪੈਸ਼ਲ, ਮੈਂ ਕਿਹਾ ਜਿੱਥੋਂ ਵੀ ਆਊਂਗਾ ਤੂੰ ਜਿੱਦਣ ਮੈਨੂੰ ਬੁਲਾਉਣਾ, ਇਹ ਕਹਿੰਦਾ ਫਿਰ ਨੋਮੀਨੇਸ਼ਨ ਤੇ ਚੱਲਾਂਗੇ ਕਰ। ਸੋ ਮੈਂ ਤਾਂ ਇੱਕੋ ਮੁੜ ਚੱਲਿਆ ਸੀ, ਮੈਨੂੰ ਕਹਿੰਦੇ ਕਹਿੰਦੇ ਦੋ ਲੱਖ ਵੋਟ ਤੇ ਜਿੱਤ ਲਿਆ ਕਰਮਜੀਤ ਅਨਮੋਲ, ਮੈਂ ਕਿਹਾ ਹੁਣ ਹੋਰ ਕਿੰਨੀਆਂ ਜਿਤਾਉਣਾ ਵਾ, ਜਿੰਨਾ ਵਧੀਆ ਇਨਸਾਨ ਆ। ਔਰ ਮੈਨੂੰ ਇਹ ਲੱਗਦਾ ਕਿ ਪਹਿਲਾਂ ਸਿਰਫ ਇਹ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀਗੇ, ਹੁਣ ਵਾਹਿਗੁਰੂ ਨੇ ਇਹਨਾਂ ਦੀ ਜੋਬ ਲਈ ਆ ਤੇ ਪੂਰੇ ਪੰਜਾਬ ਤੇ ਕੰਮ ਕਰਨਗੇ ਔਰ ਖੂਬ ਵਜਾ ਗਿਆ, ਔਰ ਫਿਲਮ ਚਾਹੁੰਦਾ ਹੈ ਤੇ ਜਦੋਂ ਵੈਸੇ ਤਾਂ ਅਸੀਂ ਪਹਿਲਾਂ ਵੀ ਆਪਾਂ ਤੋਂ ਇਹੋ ਜਿਹੇ ਬਹੁਤ ਕੰਮ ਕਰਾਉਂਦੇ ਸੀਗੇ ਵੀ ਬਾਈ ਜੀ ਆਹ ਕਰ ਦਿਓ, ਕੋਈ ਵੀ ਸਾਡਾ ਫਿਲਮ ਇੰਡਸਟਰੀ ਦਾ ਕੰਮ ਫਸਦਾ ਸੀ ਉਹ ਉਹੀ ਕਰਾਉਂਦੇ ਸੀਗੇ। ਤੇ ਹੁਣ ਤੁਹਾਡੇ ਇਲਾਕੇ 'ਚ ਆਏ ਨੇ, ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ ਹੋ ਸਕਦਾ। ਜੇ ਕਿਤੇ ਕੋਈ ਬਾਹਰ ਘੱਟ ਹੋਈ ਤਾਂ ਅਸੀਂ ਸਾਰੇ ਹੈਗੇ ਆਲਾਂ ਦਾ ਲੈਣ ਦੇ ਲਈ ਹੱਕਦਾਰ ਹੈਗੇ। ਇਹਨਾਂ ਨੇ ਪੁੱਛਿਆ, ਕਹਿੰਦੇ ਜੀ ਤੁਸੀਂ ਪਾਰਟੀ ਦੇ ਤੌਰ ਤੇ ਆਏ ਹੋ ਜਾਂ ਭਰਾ ਦੇ ਤੌਰ ਤੇ ਆਏ ਹੋ? ਮੈਂ ਕਿਹਾ ਜਿਹੜਾ ਹੁਣ ਆ ਗਿਆ ਨਾ ਤਾਂ ਹੁਣ ਸਾਰੇ ਤੌਰ ਤੇ ਆਇਆ ਵਾ, ਜਾਂ ਤਾਂ ਆਪਾਂ ਆਉਂਦੇ ਹੀ ਨੀ ਜਾਂ ਆਪਾਂ ਫਿਰ ਪੂਰੇ ਆਉਣੇ ਆ। ਸੋ ਇਹ ਭਰਾ ਸਾਡਾ ਇੰਨਾ ਜ਼ਿਆਦਾ ਡਿਜ਼ਰਵ ਕਰਦਾ ਵਾ, ਇਹ ਸਾਡੀ ਇੰਡਸਟਰੀ ਦਾ ਉਹ ਹੁੰਦਾ ਵਾ। ਤੁਸੀਂ ਦੇਖ ਲਓ ਕਲਾਕਾਰ ਪਹਿਲਾਂ ਵੀ ਬਹੁਤ ਆਏ ਹੋਣਗੇ ਇਸ ਲਾਈਨ ਦੇ ਵਿੱਚ, ਪਰ ਉਹਨਾਂ ਦੀ ਸਪੋਰਟ ਲਈ ਕਿੰਨੇ ਕੁ ਕਲਾਕਾਰ ਆਏ ਨੇ। ਸੋ ਇਹ ਇੱਕ ਉਹ ਬੰਦਾ ਸੀ, ਮੈਨੂੰ ਯਾਰ ਮੈਂ ਇਹਨੂੰ ਕਿਹਾ, ਮੈਂ ਕਿਹਾ ਮੈਂ ਜਿੱਥੋਂ ਵੀ ਆਊਂਗਾ, ਹੁਣ ਵੀ ਮੈਂ ਬਾਹਰੋਂ ਆਇਆ ਸਪੈਸ਼ਲ, ਮੈਂ ਕਿਹਾ ਜਿੱਥੋਂ ਵੀ ਆਊਂਗਾ ਤੂੰ ਜਿੱਦਣ ਮੈਨੂੰ ਬੁਲਾਉਣਾ, ਇਹ ਕਹਿੰਦਾ ਫਿਰ ਨੋਮੀਨੇਸ਼ਨ ਤੇ ਚੱਲਾਂਗੇ ਕਰ। ਸੋ ਮੈਂ ਤਾਂ ਇੱਕੋ ਮੁੜ ਚੱਲਿਆ ਸੀ, ਮੈਨੂੰ ਕਹਿੰਦੇ ਕਹਿੰਦੇ ਦੋ ਲੱਖ ਵੋਟ ਤੇ ਜਿੱਤ ਲਿਆ ਕਰਮਜੀਤ ਅਨਮੋਲ, ਮੈਂ ਕਿਹਾ ਹੁਣ ਹੋਰ ਕਿੰਨੀਆਂ ਜਿਤਾਉਣਾ ਵਾ, ਤਾੜੀਆਂ ਗੱਜ ਕੇ ਕਰਮਜੀਤ ਅਨਮੋਲ ਵੀਰ ਜੀ। ਥੈਂਕ ਯੂ ਸੋ ਮਚ। ਜਿੰਨਾ ਵਧੀਆ ਇਨਸਾਨ ਆ, ਔਰ ਮੈਨੂੰ ਇਹ ਲੱਗਦਾ ਕਿ ਪਹਿਲਾਂ ਸਿਰਫ ਇਹ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀਗੇ, ਹੁਣ ਵਾਹਿਗੁਰੂ ਨੇ ਇਹਨਾਂ ਦੀ ਜੋਬ ਲਈ ਆ ਤੇ ਪੂਰੇ ਪੰਜਾਬ ਤੇ ਕੰਮ ਕਰਨਗੇ ਔਰ ਖੂਬ ਵਜਾ ਗਿਆ, ਔਰ ਫਿਲਮ ਚਾਹੁੰਦਾ ਹੈ ਤੇ ਜਦੋਂ ਵੈਸੇ ਤਾਂ ਅਸੀਂ ਪਹਿਲਾਂ ਵੀ ਆਪਾਂ ਤੋਂ ਇਹੋ ਜਿਹੇ ਬਹੁਤ ਕੰਮ ਕਰਾਉਂਦੇ ਸੀਗੇ ਵੀ ਬਾਈ ਜੀ ਆਹ ਕਰ ਦਿਓ, ਕੋਈ ਵੀ ਸਾਡਾ ਫਿਲਮ ਇੰਡਸਟਰੀ ਦਾ ਕੰਮ ਫਸਦਾ ਸੀ ਉਹ ਉਹੀ ਕਰਾਉਂਦੇ ਸੀਗੇ। ਤੇ ਹੁਣ ਤੁਹਾਡੇ ਇਲਾਕੇ 'ਚ ਆਏ ਨੇ, ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ ਹੋ ਸਕਦਾ। ਜੇ ਕਿਤੇ ਕੋਈ ਬਾਹਰ ਘੱਟ ਹੋਈ ਤਾਂ ਅਸੀਂ ਸਾਰੇ ਹੈਗੇ ਆਲਾਂ ਦਾ ਲੈਣ ਦੇ ਲਈ ਹੱਕਦਾਰ ਹੈਗੇ। ਇਹਨਾਂ ਨੇ ਪੁੱਛਿਆ, ਕਹਿੰਦੇ ਜੀ ਤੁਸੀਂ ਪਾਰਟੀ ਦੇ ਤੌਰ ਤੇ ਆਏ ਹੋ ਜਾਂ ਭਰਾ ਦੇ ਤੌਰ ਤੇ ਆਏ ਹੋ? ਮੈਂ ਕਿਹਾ ਜਿਹੜਾ ਹੁਣ ਆ ਗਿਆ ਨਾ ਤਾਂ ਹੁਣ ਸਾਰੇ ਤੌਰ ਤੇ ਆਇਆ ਵਾ, ਜਾਂ ਤਾਂ ਆਪਾਂ ਆਉਂਦੇ ਹੀ ਨੀ ਜਾਂ ਆਪਾਂ ਫਿਰ ਪੂਰੇ ਆਉਣੇ ਆ। ਸੋ ਇਹ ਭਰਾ ਸਾਡਾ ਇੰਨਾ ਜ਼ਿਆਦਾ ਡਿਜ਼ਰਵ ਕਰਦਾ ਵਾ, ਇਹ ਸਾਡੀ ਇੰਡਸਟਰੀ ਦਾ ਉਹ ਹੁੰਦਾ ਵਾ। ਤੁਸੀਂ ਦੇਖ ਲਓ ਕਲਾਕਾਰ ਪਹਿਲਾਂ ਵੀ ਬਹੁਤ ਆਏ ਹੋਣਗੇ ਇਸ ਲਾਈਨ ਦੇ ਵਿੱਚ, ਪਰ ਉਹਨਾਂ ਦੀ ਸਪੋਰਟ ਲਈ ਕਿੰਨੇ ਕੁ ਕਲਾਕਾਰ ਆਏ ਨੇ। ਸੋ ਇਹ ਇੱਕ ਉਹ ਬੰਦਾ ਸੀ, ਮੈਨੂੰ ਯਾਰ ਮੈਂ ਇਹਨੂੰ ਕਿਹਾ, ਮੈਂ ਕਿਹਾ ਮੈਂ ਜਿੱਥੋਂ ਵੀ ਆਊਂਗਾ, ਹੁਣ ਵੀ ਮੈਂ ਬਾਹਰੋਂ ਆਇਆ ਸਪੈਸ਼ਲ, ਮੈਂ ਕਿਹਾ ਜਿੱਥੋਂ ਵੀ ਆਊਂਗਾ ਤੂੰ ਜਿੱਦਣ ਮੈਨੂੰ ਬੁਲਾਉਣਾ, ਇਹ ਕਹਿੰਦਾ ਫਿਰ ਨੋਮੀਨੇਸ਼ਨ ਤੇ ਚੱਲਾਂਗੇ ਕਰ। ਸੋ ਮੈਂ ਤਾਂ ਇੱਕੋ ਮੁੜ ਚੱਲਿਆ ਸੀ, ਮੈਨੂੰ ਕਹਿੰਦੇ ਕਹਿੰਦੇ ਦੋ ਲੱਖ ਵੋਟ ਤੇ ਜਿੱਤ ਲਿਆ ਕਰਮਜੀਤ ਅਨਮੋਲ, ਮੈਂ ਕਿਹਾ ਹੁਣ ਹੋਰ ਕਿੰਨੀਆਂ ਜਿਤਾਉਣਾ ਵਾ, ਤਾੜੀਆਂ ਗੱਜ ਕੇ ਕਰਮਜੀਤ ਅਨਮੋਲ ਵੀਰ ਜੀ। ਥੈਂਕ ਯੂ ਸੋ ਮਚ। ਜਿੰਨਾ ਵਧੀਆ ਇਨਸਾਨ ਆ, ਔਰ ਮੈਨੂੰ ਇਹ ਲੱਗਦਾ ਕਿ ਪਹਿਲਾਂ ਸਿਰਫ ਇਹ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀਗੇ, ਹੁਣ ਵਾਹਿਗੁਰੂ ਨੇ ਇਹਨਾਂ ਦੀ ਜੋਬ ਲਈ ਆ ਤੇ ਪੂਰੇ ਪੰਜਾਬ ਤੇ ਕੰਮ ਕਰਨਗੇ ਔਰ ਖੂਬ ਵਜਾ ਗਿਆ, ਔਰ ਫਿਲਮ ਚਾਹੁੰਦਾ ਹੈ ਤੇ ਜਦੋਂ ਵੈਸੇ ਤਾਂ ਅਸੀਂ ਪਹਿਲਾਂ ਵੀ ਆਪਾਂ ਤੋਂ ਇਹੋ ਜਿਹੇ ਬਹੁਤ ਕੰਮ ਕਰਾਉਂਦੇ ਸੀਗੇ ਵੀ ਬਾਈ ਜੀ ਆਹ ਕਰ ਦਿਓ, ਕੋਈ ਵੀ ਸਾਡਾ ਫਿਲਮ ਇੰਡਸਟਰੀ ਦਾ ਕੰਮ ਫਸਦਾ ਸੀ ਉਹ ਉਹੀ ਕਰਾਉਂਦੇ ਸੀਗੇ। ਤੇ ਹੁਣ ਤੁਹਾਡੇ ਇਲਾਕੇ 'ਚ ਆਏ ਨੇ, ਮੈਨੂੰ ਲੱਗਦਾ ਕਿ ਇਸ ਤੋਂ ਵਧੀਆ
ਦਾ ਕੈਂਡੀਡੇਟ ਕੋਈ ਨਹੀਂ ਹੋ ਸਕਦਾ। ਜੇ ਕਿਤੇ ਕੋਈ ਬਾਹਰ ਘੱਟ ਹੋਈ ਤਾਂ ਅਸੀਂ ਸਾਰੇ ਹੈਗੇ ਹਾਂ ਨੰਬਰ ਲੈਣ ਦੇ ਲਈ ਹੱਕਦਾਰ ਰਹਾਂਗੇ।